ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ, ਅਤੇ ਉਮੀਦ ਕਰਦਾ ਬਾਈ ਸਾਰੇ ਵਧੀਆ ਹੋਵੋਗੇ ਅਤੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਨੋਰੰਜਨ ਮੇਲਾ, ਜੋ ਕਿ ਮੌੜ ਮੰਡੀ ਦੇ ਵਿੱਚ ਲੱਗਿਆ ਹੋਇਆ ਹੈਗਾ। ਅਤੇ ਇਹ ਮੇਲਾ 26 ਅਗਸਤ ਤੱਕ ਆ, ਅਤੇ ਬਾਕੀ ਜਿਹੜਾ ਇਹਦਾ ਸਮਾਂ ਹੈਗਾ, ਸਮਾਂ ਹੈਗਾ ਸ਼ਾਮ 4 ਵਜੇ ਤੋਂ ਲੈ ਕੇ 10:30 ਵਜੇ ਤੱਕ ਮੰਨ ਲਓ ਓਪਨ ਹੁੰਦਾ ਹੈਗਾ। ਅਤੇ ਬਾਕੀ ਆ ਜਾਓ ਬਾਈ, ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਉਂਦੇ ਹਾਂ ਵੀ ਉੱਥੇ ਕੀ ਹੈਗਾ ਮੇਲੇ 'ਤੇ। ਬਾਕੀ ਜੇ ਆਪਾਂ ਗੱਲ ਕਰੀਏ ਇਹਦੀ ਲੋਕੇਸ਼ਨ ਦੀ, ਤਾਂ ਇਹ ਜਿਹੜਾ ਕਿ ਰਾਮਪੁਰੇ ਵਾਲੀਆਂ ਕੈਂਚੀਆਂ ਆ ਗਈਆਂ ਉਹਨਾਂ ਦੇ ਨੇੜੇ ਹੀ ਪੈਂਦਾ ਹੈਗਾ। ਇਹ ਤਲਵੰਡੀ ਵਾਲੇ ਰੋਡ ਦੇ ਉੱਤੇ ਮੇਲਾ ਲੱਗਿਆ ਹੋਇਆ ਹੈਗਾ, ਅਤੇ ਇਹਦੇ ਸਾਹਮਣੇ ITI ਦੇ ਸਾਹਮਣੇ ਲੱਗਿਆ ਹੋਇਆ ਹੈਗਾ। ਅਤੇ ਬਾਕੀ ਆ ਜਾਓ ਬਾਈ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਉੱਥੇ ਕੀ ਕੁਛ ਵੇਖਣ ਨੂੰ ਆ। ਅਤੇ ਆ ਜਾਓ ਫਿਰ ਬਲੌਗ ਨਾਲ ਜੁੜੇ ਰਹੋ, ਅਤੇ ਆ ਜਾਓ ਫਿਰ ਆਪਾਂ ਚੱਲਦੇ ਹਾਂ। ਲਓ ਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂ ਮੇਲੇ ਦੇ ਵਿੱਚ, ਅਤੇ ਆਹ ਸਾਹਮਣੇ ਇੱਥੇ ਕਾਊਂਟਰ ਤੋਂ ਆਪਾਂ ਟਿਕਟ ਲੈਣੀ ਆ, 20 ਰੁਪਏ ਟਿਕਟ ਹੈ ਇੱਕ ਜਣੇ ਦੀ। ਅਤੇ ਬਾਕੀ ਆਪਾਂ ਇੱਧਰਲੇ ਪਾਸੇ ਤੁਹਾਨੂੰ ਦਿਖਾਉਂਦੇ ਹਾਂ, ਪਾਰਕਿੰਗ ਦਾ ਵਧੀਆ ਪ੍ਰਬੰਧ ਆ ਗੱਡੀਆਂ ਅਤੇ ਮੋਟਰਸਾਈਕਲਾਂ ਦੀ। ਅਤੇ ਆ ਜਾਓ ਚੱਲਦੇ ਹਾਂ ਫਿਰ ਅੱਗੇ। ਅਤੇ ਬਾਕੀ ਆ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਆਹ ਗੇਮਾਂ ਵਾਲੇ ਇਵੈਂਟ ਨੇ, ਇੱਥੇ ਇਹ ਗਲਾਸ ਸਿੱਟਣੇ ਆ ਸਾਰੇ ਆ ਬੋਲ ਨਾਲ। ਅਤੇ ਬਾਕੀ ਹੋਰ ਵੀ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਇੱਧਰ ਆ ਤੁਸੀਂ ਉੱਠ ਵੇਖ ਸਕਦੇ ਹੋ। ਅਤੇ ਬਾਕੀ ਬਈ ਆਪਾਂ ਤੁਹਾਨੂੰ ਮੇਲਾ ਸਾਰਾ ਦਿਖਾਉਂਦੇ ਹਾਂ ਅੰਦਰੋਂ ਕਿਵੇਂ ਆ। ਬਾਕੀ ਜਿਹੜੇ ਝੂਲੇ ਝਾਲੇ ਆ ਬਹੁਤ ਲੱਗੇ ਹੋਏ ਨੇ, ਅਤੇ ਇੱਧਰ ਚੰਡੋਲ ਵੀ ਆ ਗਈ। ਅਤੇ ਬਾਕੀ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ। ਬਾਕੀ ਬਈ ਜੇ ਆਪਾਂ ਗੱਲ ਕਰੀਏ ਮੇਲੇ ਦੀ, ਤਾਂ ਇਹ ਮੇਲਾ ਮੌੜ ਮੰਡੀ ਦੇ ਵਿੱਚ ਪਹਿਲੀ ਵਾਰੀ ਲੱਗਿਆ ਗਾ। ਅਤੇ ਬਾਕੀ ਆਪਾਂ ਬਈ ਤੁਹਾਨੂੰ ਮੇਲੇ ਦੇ ਵਿੱਚ ਸਾਰੇ ਦਿਖਾਉਂਦੇ ਹਾਂਗੇ, ਜਿਵੇਂ ਝੂਲੇ ਝਾਲੇ ਜਾਂ ਕੁਛ ਵੀ ਲੱਗਿਆ ਹੋਇਆ ਹੈਗਾ। ਅਤੇ ਇਹਨਾਂ ਸਾਰਿਆਂ ਦੀ ਜੇ ਆਪਾਂ ਗੱਲ ਕਰੀਏ ਵੀ ਟਿਕਟ ਦੀ, ਤਾਂ ਜਿਵੇਂ ਝੂਲਿਆਂ ਝਾਲਿਆਂ ਦੀ ਨਾ, ਸਾਰਿਆਂ ਦੀ ਅਲੱਗ ਅਲੱਗ ਟਿਕਟ ਹੈਗੀ। ਅਤੇ ਬਾਕੀ ਆਏ ਵੀ ਕਿਸੇ ਦੀ 50 ਰੁਪਏ ਟਿਕਟ ਆ, ਕਿਸੇ ਦੀ 60 ਰੁਪਏ ਟਿਕਟ ਆ, ਕੋਈ ਜ਼ਿਆਦਾ ਮਹਿੰਗੀ ਵੀ ਨਹੀਂ। ਵੀ ਚਲੋ ਇੰਨੇ ਨਾਲ ਆਏ ਵੀ ਨਾਲੇ ਬੱਚੇ ਖੁਸ਼। ਅਤੇ ਬਾਕੀ ਆ ਜਾਓ ਬਈ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਬਾਕੀ ਇੱਥੇ ਬਈ ਬੱਚਿਆਂ ਲਈ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਹ ਪੂਲ ਜਿਹਾ ਹੀ ਬਣਿਆ ਹੋਇਆ, ਅਤੇ ਇਹਦੇ ਵਿੱਚ ਛੋਟੀਆਂ ਛੋਟੀਆਂ ਕਿਸ਼ਤੀਆਂ ਹੀ ਨੇ ਝੂਟੇ ਲੈਣ ਨੂੰ। ਬਾਕੀ ਬਈ ਇੱਥੋਂ ਆਪਾਂ ਤੁਹਾਨੂੰ ਸਾਰਾ ਵਿਊ ਵਿਖਾਉਂਦੇ ਹਾਂ ਮੇਲੇ ਦਾ, ਜਿਵੇਂ ਕਿ ਇੱਧਰ ਆਊਟ 'ਤੇ ਲੈ ਰਹੇ ਨੇ ਝੂਟੇ। ਅਤੇ ਬਾਕੀ ਇੱਥੋਂ ਸਾਰਾ ਮੇਲੇ ਤੁਸੀਂ ਦੇਖ ਸਕਦੇ ਹੋ, A to Z ਸਾਰਾ ਦਿਸੀ ਜਾਂਦਾ ਤੁਹਾਨੂੰ। ਅਤੇ ਜਿਵੇਂ ਕਿ ਆ ਚੰਡੋਲਾਂ ਆ ਗਈਆਂ ਇੱਧਰਲੀ ਸਾਈਡ, ਅਤੇ ਬਾਕੀ ਇੱਧਰ ਸਾਰੇ ਝੂਲੇ ਹੀ ਹੈਗੇ, ਜ਼ਿਆਦਾਤਰ ਬੱਚਿਆਂ ਲਈ ਹੈਗਾ। ਅਤੇ ਇੱਧਰ ਬਾਕੀ ਆ ਜਿਹੜੀਆਂ ਦੁਕਾਨਾਂ ਆ ਗਈਆਂ ਹੋਰ ਸਮਾਨ ਸਮੂਨ ਦੀਆਂ ਮਾੜੀਆਂ ਮੋਟੀਆਂ, ਇਹ ਆ ਗਈਆਂ ਇਹਦੇ ਵਿੱਚ। ਅਤੇ ਇੱਕ ਇੱਧਰ ਆ ਮੱਛੀਆਂ ਵਾਲਾ ਹੈਗਾ, ਇਹਦੇ ਵਿੱਚ ਆ ਮੱਛੀਆਂ ਆਈਆਂ, 60 ਰੁਪਏ ਟਿਕਟ ਆ ਇਹਦੀ, ਅੰਦਰ ਮੱਛੀਆਂ ਆਈਆਂ ਨੇ ਉਹ ਦਿਖਾਉਂਦੇ ਆ। ਇੱਧਰਲੀ ਸਾਈਡ ਆ ਗਏ ਵੀ ਜਿਹੜੇ ਰਿੰਗ ਜੇ ਪਾਉਣੇ ਆ। ਅਤੇ ਬਾਕੀ ਇੱਧਰਲੇ ਪਾਸੇ ਵੀ ਝੂਲੇ ਆ ਗਏ ਬੱਚਿਆਂ ਵਾਲੇ, ਛੋਟੇ ਬੱਚਿਆਂ ਵਾਲੇ, 50 ਰੁਪਏ ਟਿਕਟ ਆ ਇਹਦੀ ਵੀ। ਅਤੇ ਬਾਕੀ ਬਈ ਆਪਾਂ ਇੱਕ ਸੁਣੋ ਇੱਧਰ ਜਮ੍ਹਾਂ ਛੋਟੇ ਬੱਚਿਆਂ ਵਾਲੀ ਦਿਖਾਉਂਦੇ ਹਾਂ, ਇਹਦੀ 50 ਰੁਪਏ ਪਰਸਨ ਟਿਕਟ ਹੈਗੀ ਇਹ ਟ੍ਰੇਨ ਦੀ। ਇਹ ਬਸ ਗੋਲ ਗੋਲ ਘੁੰਮਦੀ ਆ, ਇਹ ਵੀ ਘੈਂਟ ਆ ਚੀਜ਼ ਆ। ਅਤੇ ਬਾਕੀ ਇੱਧਰ ਆ ਪਾਣੀ ਵਾਲ, ਤੁਸੀਂ ਦੇਖ ਹੀ ਲਿਆ ਪਹਿਲਾਂ। ਬਾਕੀ ਬਈ ਆ ਮੇਲੇ ਦੇ ਅੰਦਰ ਹੀ ਆ ਸਰਕਸ ਲੱਗੀ ਹੋਈ ਆ, ਇਹ ਵੀ ਤੁਸੀਂ ਇਵੈਂਟ ਜਾ ਕੇ ਅੰਦਰ ਦੇਖ ਸਕਦੇ ਹੋਗੇ, ਇਹ ਵੀ ਮੇਲੇ ਦੇ ਅੰਦਰ ਹੀ ਆ। ਇਹਦੀ ਵੀ ਟਿਕਟ ਆ ਜਿਹੜੀ ਉਹ ਅਲੱਗ ਤੋਂ ਲੈਣੀ ਪੈਂਦੀ ਆ।
ਅਤੇ ਬਾਕੀ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਹਾਂ ਕਿਸੇ ਘੈਂਟ ਵਲੌਗ ਦੇ ਨਾਲ।